ਗੋਇੰਦਵਾਲ ਦੇ ਪਿੰਡ ਵੇਈਪੁਈ ਦੇ ਸਤਨਾਮ ਸਿੰਘ ਦੀ ਬੀਤੇ ਦਿਨੀ ਇਟਲੀ 'ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ, ਜਿਸ ਦੀ ਮ੍ਰਿਤਕ ਦੇ 16 ਦਿਨ ਬਾਅਦ ਉਸਦੇ ਜੱਦੀ ਪਿੰਡ ਵੇਈਪੁਈ ਲਿਆਂਦੀ ਗਈ। ਇਸ ਮੌਕੇ ਸਾਰੇ ਪਿੰਡ 'ਚ ਸੋਗ ਦੀ ਲਹਿਰ ਛਾ ਗਈ ਅਤੇ ਦੇਰ ਸ਼ਾਮ ਮ੍ਰਿਤਕ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨ ਘਾਟ 'ਚ ਕੀਤਾ ਗਿਆ। ਆਪਣੇ ਸਾਈਕਲ 'ਤੇ ਜੋ ਇਲੈਕਟ੍ਰੋਨਿਕ ਸਾਈਕਲ ਹੈ ਉਹਦੇ 'ਤੇ ਜਾਣਦਿਆਂ ਹੀ ਗੁਰਦੁਆਰੇ ਮੱਥਾ ਟੇਕਣਾ ਅਤੇ ਜਿਹੜਾ ਸਾਈਕਲ ਓਵਰ ਕੰਟਰੋਲ ਹੋ ਗਿਆ ਅਤੇ ਉਹਦਾ ਅਚਾਨਕ ਡਿੱਗ ਪਿਆ ਅਤੇ ਡਿੱਗਣ ਤੋਂ ਬਾਅਦ 'ਚ ਉਹਦੀ ਜਿਹੜੀ ਆ ਧੌਣ ਟੁੱਟ ਗਈ ਹੈ ਅਤੇ ਉਹ ਖੰਭੇ ਦੇ ਨਾਲ ਕਿਤੇ ਜਾ ਕੇ ਵੱਜਿਆ ਹੈ ਅਤੇ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਵਾ ਅਤੇ ਗਰੀਬ ਪਰਿਵਾਰ ਦੇ ਵਿੱਚੋਂ ਹੈਗਾ ਸੀ ਵਿਚਾਰਾ, ਰੋਟੀ ਰੋਜ਼ੀ ਕਮਾਉਣ ਗਿਆ ਸੀ ਆਪਣੀ, ਉੱਥੇ ਛੋਟੇ ਬੱਚੇ ਆ ਉਹਦੇ, ਦੋ ਬੱਚੇ ਆ ਅਤੇ ਇੱਕ ਪਤਨੀ ਉਹਦੀ ਘਰ ਪਿੱਛੇ ਹੋਣਾ। ਇਹਨੇ ਜਿਉਂ ਗਿਆ ਵਾ ਆਪਣੇ ਪਰਿਵਾਰ ਦਾ ਸਾਰਾ ਬੋਝ ਚੁੱਕਿਆ, ਇੰਨੀ ਮਿਹਨਤ ਕੀਤੀ ਆ ਅਤੇ ਫਿਰ ਇਹ ਨਹੀਂ ਵੀ ਆਪਣੇ ਵਾਸਤੇ ਹੀ, ਆਮ ਜਨਤਾ ਵਾਸਤੇ ਇੰਨੇ ਇੰਨੇ ਮੁੰਡੇ ਖੜ੍ਹੇ ਅੱਗੇ ਅਤੇ ਆ ਹੁਣ ਫਿਰ ਪੇਪਰ ਲਾਏ ਸੀ ਇਹਨੇ ਪੰਜਾਂ ਚੌਂ ਮੁੰਡਿਆਂ ਦੇ ਬੜਾ, ਅਤੇ ਇਹਦੇ ਬਹੁਤ ਵੱਡਾ ਘਾਟਾ ਪਿਆ ਪਰਿਵਾਰ ਨੂੰ ਅਤੇ ਜਿਹੜਾ ਪੈਣਾ ਹੀ ਪੈਣਾ ਵਾ, ਨਾਲ ਜਿਹੜੀ ਨਗਰ ਦੀ ਸੰਗਤ ਆ ਨਾ ਉਹਦੇ ਵਾਸਤੇ ਬਹੁਤ। ਜ਼ਿਕਰਯੋਗ ਹੈ ਕਿ ਮ੍ਰਿਤਕ ਇਟਲੀ ਦੇ ਜ਼ਿਲ੍ਹਾ ਲਤੀਨਾ 'ਚ ਰਹਿੰਦਾ ਸੀ ਅਤੇ ਘਰੋਂ ਸਵੇਰੇ ਸਾਈਕਲ 'ਤੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਿਹਾ ਸੀ, ਪਰ ਅਚਾਨਕ ਉਸਦਾ ਇਲੈਕਟ੍ਰੋਨਿਕ ਸਾਈਕਲ ਖੰਭੇ ਨਾਲ ਟਕਰਾਉਣ ਕਾਰਨ ਉਸਦੀ ਮੌਤ ਹੋ ਗਈ। ਗੋਇੰਦਵਾਲ ਤੋਂ ਅੰਤਰਪ੍ਰੀਤ ਸਿੰਘ, ਦੈਨਿਕ ਸਵੇਰਾ ਟੀਵੀ। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ, ਇਹ ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਣਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ ਚਾਰ ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।